सत श्री अकाल जी सारे नूं। मैं अमनदीप कौर हाजर हाँ जी तुहाडी बी ए फस्ट ईयर की पंजाबी की क्लास के नाल। बी ए फस्ट ईयर की इस चल रही पंजाबी की क्लास के असी किया होया है जी हाफिज़ बरखुरदार जी नूं। असी शुरू किया हाफिज़ बरखुरदार जी का लिखा हुआ किस्सा मिर्जा साहिबा, जो कि साड़ी इस बुक का अंतिम किस्सा है। सो इस दे नाल ही साड़ी जिहड़ी शब्द सवेरा बुक है वह जिहड़ी समाप्त हो जाएगी। सो असी जिहड़ा कर रहे हाँ हाफिज़ बरखुरदार जी का लिखा हुआ किस्सा मिर्जा साहिबा, जिसकी शुरुआत जी है असी की किस्से की भूमिका के नाल। असी तुहाडी पिछली क्लास के इसकी शुरुआत कर चुके हाँ। सो किस्से की जिहड़ी भूमिका से उस दे विच कवि ने गल किया कि अखीर वह कुछ ही हुंदा है जो परमात्मा द्वारा इस सिरजनहार परमात्मा का जिहड़ा लिखिया होया हुंदा है, जो उसनों चंगा लगता है वह जिहड़ा किसी की तकदीर की कलम जिहड़ी है नाल जो कुछ परमात्मा ने लिखिया हुंदा है वह कुछ ही हुंदा है, उसनों मोड़न की समर्था किसी नूं भी नहीं हुंदी है। आशिक ते माशूक दीआं अखां चार हुंदीआं हन ते सारियां दीआं सारियां तदबीहां जिहड़ियां हन ਉਹ ਤਰੀਆਂ ਦੀਆਂ ਤਰੀਆਂ ਰਹਿ ਜਾਂਦੀਆਂ ਹਨ। ਕਹਿੰਦੇ ਮਾਸ਼ੂਕ ਜਿਹੜੀ ਹੈ ਉਸਦੀ ਅੱਖਾਂ ਤੋਂ ਨਿਕਲੇ ਹੋਏ ਤੀਰ ਆਸ਼ਕ ਨੂੰ ਘਾਇਲ ਕਰ ਜਾਂਦੇ ਹਨ। ਸੋ ਇਸੇ ਤਰ੍ਹਾਂ ਇਹ ਜਿਹੜਾ ਕਿੱਸਾ ਹੈ ਜਦੋਂ ਸ਼ੁਰੂ ਹੋਇਆ ਤਾਂ ਕਹਿੰਦੇ ਹਾਫਿਜ਼ ਬਰਖੁਰਦਾਰ ਜਿਹੜਾ ਕਿ ਉੱਥੇ ਕੋਲ ਹੀ ਖੜਾ ਸੀ ਅਤੇ ਇਸੇ ਕਰਕੇ ਕਹਿੰਦੇ ਉਹਨਾਂ ਨੇ ਇਹ ਜਿਹੜਾ ਸਾਰਾ ਕਿੱਸਾ ਲਿਖਿਆ ਵੀ ਹੈ। ਕਹਿੰਦੇ ਇਸ਼ਕ ਇੱਕ ਬੁਰਾ ਮਲਾਹ ਹੈ ਜੋ ਕਿਸੇ ਨੂੰ ਪਾਰ ਨਹੀਂ ਲੁਕਾਉਂਦਾ, ਇਹ ਬੇੜੀ ਨੂੰ ਇਹ ਜਿਹੜਾ ਹੈ ਕਹਿੰਦੇ ਇਹ ਆਸ਼ਿਕ ਦੀ ਬੇੜੀ ਨੂੰ ਛੱਡ ਕੇ ਮਜ਼ਦਾਰ ਦੇ ਵਿੱਚ ਹੀ ਡੋਬ ਦਿੰਦਾ ਹੈ। ਸੋ ਉਸ ਤੋਂ ਬਾਅਦ ਅਸੀਂ ਜਿਹੜੀ ਗੱਲ ਕੀਤੀ ਸੀ ਸਾਹਿਬਾ ਦੇ ਹੁਸਨ ਦੀ, ਸਾਹਿਬਾ ਜਿਹੜੀ ਕਿ ਬਹੁਤ ਜ਼ਿਆਦਾ ਸੁੰਦਰ ਹੈ। ਸੋ ਉਸ ਉਹ ਪੁਰ ਭਰ ਜਵਾਨੀ ਦੇ ਵਿੱਚ ਹੈ ਅਤੇ ਬਹੁਤ ਹੀ ਜ਼ਿਆਦਾ ਸੋਹਣੀ ਹੈ। ਉਸ ਦਾ ਰੰਗ ਰੂਪ ਨੈਣ ਨੱਥ ਦੀ ਤਾਰੀਫ ਜਿਹੜੀ ਕਿ ਇਸ ਜਿਹੜੀ ਹੈ ਮਤਲਬ ਪੈਰੇ ਦੇ ਵਿੱਚ ਕਵੀ ਨੇ ਕੀਤੀ ਸੀ। ਸੋ ਅੱਗੇ ਜਿਹੜੀ ਗੱਲ ਚੱਲੀ ਸੀ ਜੀ ਕਹਿੰਦੇ ਮਿਰਜ਼ੇ ਦਾ ਇਸ਼ਕ। ਸੋ ਕਹਿੰਦੇ ਮਿਰਜ਼ਾ ਹਜੇ ਇੱਕ ਜਿਹੜਾ ਬਾਲ ਉਮਰ ਦੇ ਵਿੱਚ ਹੀ ਸੀ, ਕਹਿੰਦੇ ਮਿਰਜ਼ਾ ਹਜੇ ਬੱਚਾ ਹੀ ਸੀ, ਬਾਲ ਉਮਰ ਦੇ ਵਿੱਚ ਹੀ ਸੀ, ਅਜੇ ਉਹ ਪੀੜ੍ਹੀ ਦੇ ਉੱਤੇ ਪਿਆ ਬਾਲਕ ਹੀ ਸੀ ਕਿ ਇਸ਼ਕ ਦੇ ਨਾਲ ਗੱਲਾਂ ਕਰਦਾ ਹੋਇਆ ਛਲਾ ਜਿਹੜਾ ਸਵਾਲ ਜਵਾਬ ਉਹ ਕਰ ਰਿਹਾ ਸੀ ਅਤੇ ਇਸ਼ਕ ਤੋਂ ਪੁੱਛ ਰਿਹਾ ਸੀ ਕਿ ਜੇਕਰ ਤਿੰਨ ਤੇਰੇ ਨਾਲ ਸੰਬੰਧਿਤ ਮੈਨੂੰ ਕੋਈ ਕੰਮ ਪੈ ਜਾਵੇ ਤਾਂ ਉਹ ਮੈਨੂੰ ਕਿੱਥੇ ਮਿਲੇਗਾ। ਸੋ ਉਹ ਇਸ਼ਕ ਦੇ ਨਾਲ ਗੱਲਾਂ ਜਿਹੜੀਆਂ ਹੈ ਕਰ ਰਿਹਾ ਹੈ। ਜਿਸ ਦਿਨ ਮਿਰਜ਼ਾ ਜੰਮਿਆ ਸੀ ਕਹਿੰਦੇ ਉਸ ਦਿਨ ਚੌਦਵੀਂ ਦੇ ਚੰਨ ਦੀ ਰਾਤ ਸੀ, ਉਸ ਨੂੰ ਮੂੰਹ ਦੇ ਵਿੱਚ ਖੰਡ ਦੀ ਜਿਹੜੀ ਗੁੜਤੀ ਹੈ ਉਹ ਦਿੱਤੀ ਗਈ ਸੀ ਅਤੇ ਨੇੜੇ ਉਸਦੇ ਜਿਹੜੇ ਮਤਲਬ ਕਹਿੰਦੇ ਇਸ਼ਕ ਨੇ ਉਸ ਦੇ ਨੇੜੇ ਹੋ ਕੇ ਕੂਕ ਜਿਹੜੀ ਹੈ ਕੂਕ ਕੇ ਵਾਂਗ ਦੇ ਦਿੱਤੀ ਸੀ ਅਤੇ ਨਮਾਜ਼ ਪੜ੍ਹੀ ਅਤੇ ਕਿਹਾ ਕਿ ਉਹ ਸਦਾ ਹੀ ਜ਼ਿੰਦਗੀ ਦੇ ਵਿੱਚ ਇਸ਼ਕ ਦਾ ਚਾਹਵਾਨ ਰਹੇਗਾ ਕਿਉਂਕਿ ਇਸ਼ਕ ਦੀ ਕੋਈ ਜਾਤ ਨਹੀਂ ਹੁੰਦੀ। ਸੋ ਉਸ ਤੋਂ ਅੱਗੇ ਸੀਗਾ ਜੀ ਮਿਰਜ਼ੇ ਅਤੇ ਸਾਹਿਬਾ ਦਾ ਮੇਲ। ਮਿਰਜ਼ੇ ਅਤੇ ਸਾਹਿਬਾ ਦਾ ਮੇਲ ਜਿਹੜਾ ਕਿ ਕਹਿੰਦੇ ਜਦੋਂ ਸਾਹਿਬਾ ਆਪਣੀਆਂ ਸਹੇਲੀਆਂ ਦੇ ਨਾਲ ਦਰਿੰਜਣ ਦੇ ਵਿੱਚ ਖੇਡਣ ਜਾਂਦੀ ਹੈ ਤਾਂ ਜਿਹੜਾ ਮਿਰਜ਼ਾ ਹੈ ਉਹ ਉਸ ਖਰਲਾਂ ਦਾ ਪੁੱਤਰ ਮਿਰਜ਼ਾ ਉਸਦੇ ਉੱਪਰ ਨਜ਼ਰ ਰੱਖਦਾ ਸੀ, ਨਜ਼ਰ ਟਿਕਾਈ ਰੱਖਦਾ ਸੀ। ਸਾਹਿਬਾ ਦੇ ਖੂਨੀ ਨੈਣ ਕਹਿੰਦੇ ਚੋਰ ਅਤੇ ਭੈੜੇ ਰਾਹ ਪਾਉਣ ਦੀ ਨੀਅਤ ਨਾਲ ਜਿਹੜਾ ਮਤਲਬ ਭੈੜੇ ਨੀਅਤ ਰੱਖਣ ਵਾਲੇ ਜਾਪਦੇ ਸਨ। ਸੋ ਮਿਰਜ਼ਾ ਜਿਹੜਾ ਕਿ ਸਦਾ ਹੀ ਮਿਰਜ਼ੇ ਨੂੰ ਸਦਾ ਹੀ ਸਾਹਿਬਾ ਦੇ ਪ੍ਰੇਮ ਦੀ ਲੱਗਣ ਜਿਹੜੀ ਲੱਗੀ ਰਹਿੰਦੀ ਸੀ। ਸਾਹਿਬਾ ਉਸਨੂੰ ਉਸਦੇ ਬਾਰੇ ਵਿੱਚ ਕੌੜੇ ਬੋਲ ਵੀ ਬੋਲਦੀ ਹੈ ਪਰ ਮਿਰਜ਼ਾ ਜਿਹੜਾ ਕਿ ਇਹਨਾਂ ਮਿਰਜ਼ੇ ਉੱਤੇ ਇੰਨਾ ਬੋਲਣ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਅਤੇ ਉਸਦੇ ਮਨ ਦੇ ਵਿੱਚ ਸਦਾ ਹੀ ਸਾਹਿਬਾ ਦੇ ਪ੍ਰੇਮ ਦੀ ਜਿਹੜੀ ਲੱਗਣ ਹੈ ਉਹ ਲੱਗੀ ਰਹਿੰਦੀ ਹੈ। ਸੋ ਇਸ ਤੋਂ ਬਾਅਦ ਜਿਹੜਾ ਕਿ ਕਹਿੰਦੇ ਮਿਰਜ਼ਾ ਜਿਹੜਾ ਸਾਹਿਬਾ ਨੂੰ ਸਮਝਾਉਂਦਾ ਹੈ ਕਿ ਜਿਹੜੀ ਜ਼ਿੰਦਗੀ ਹੈ ਚਾਰ ਦਿਨਾਂ ਦਾ ਮੇਲਾ ਹੈ ਇਹ ਪਾਣੀ ਦੇ ਬੁਲਬੁਲੇ ਵਾਂਗ ਹੈ, ਸੋ ਉਸਨੂੰ ਆਪਣੇ 'ਤੇ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ। ਉਸ ਤੋਂ ਬਾਅਦ ਇਸ਼ਕ ਦੇ ਵਿੱਚ ਸਾਹਿਬਾ ਦੀ ਜਿਹੜੀ ਹਾਲਤ ਹੈ ਉਸਨੂੰ ਬਿਆਨ ਕੀਤਾ ਹੈ ਕਿ ਜਦੋਂ ਸਾਹਿਬਾ ਜਿਹੜੀ ਹੈ ਉਹ ਮਿਰਜ਼ੇ ਦੇ ਇਸ਼ਕ ਦੀ ਸ਼ਿਕਾਰ ਹੋ ਜਾਂਦੀ ਹੈ ਤਾਂ ਉਸਦੀ ਹਾਲਤ ਵੀ ਬਹੁਤ ਜ਼ਿਆਦਾ ਬੁਰੀ ਹੋ ਜਾਂਦੀ ਹੈ। ਉਸ ਦੀ ਹਾਲਤ ਪਤੰਗੇ ਜਿਸ ਤਰ੍ਹਾਂ ਸ਼ਮਾਂ ਦੇ ਉੱਤੇ ਜਿਹੜਾ ਪਤੰਗਾ ਹੈ ਉਹ ਸੜਮਰਨ ਨੂੰ ਤਿਆਰ ਹੋ ਜਾਂਦਾ ਹੈ, ਅਜਿਹੀ ਹੀ ਹਾਲਤ ਸਾਹਿਬਾ ਦੀ ਵੀ ਹੋ ਜਾਂਦੀ ਹੈ। ਉਸ ਤੋਂ ਅੱਗੇ ਹੈ ਜੀ ਅੱਗੇ ਗੱਲ ਕੀਤੀ ਸੀਗੀ ਕਹਿੰਦੇ ਵਿਆਹ ਹੋਇਆ ਸਾਹਿਬਾ ਦੀ ਚਿੱਠੀ ਮਿਰਜ਼ੇ ਨੂੰ। ਸੋ ਮਿਰਜ਼ੇ ਜਿਹੜੀ ਸਾਹਿਬਾ ਹੈ ਉਸਦਾ ਵਿਆਹ ਜਿਹੜਾ ਮਤਲਬ ਨਿਯਤ ਕਰ ਦਿੱਤਾ ਜਾਂਦਾ ਹੈ ਅਤੇ ਜਿਹੜੀ ਸਾਹਿਬਾ ਮਿਰਜ਼ੇ ਨੂੰ ਚਿੱਠੀ ਲਿਖਦੀ ਹੈ ਕਿ ਹੁਣ ਵੇਲਾ ਹੈ ਉਹ ਆ ਕੇ ਉਸਨੂੰ
किसी तरीके नाल इतों लै जावे नहीं तां कल उसनों कुछ भी प्राप्त नहीं होगा। सो साहिबा मिर्जे को चिट्ठी लिख के भेज दिंदी है ते जिहड़ा मिर्जा है वह भी उसका जवाब दे विच साहिबान जिहड़ा मतलब तसली देने की कोशिश जिहड़ा है वह करता है। उस तो बाद बंजा की नसीहत मिर्जे को बंजा जिहड़ा कि मिर्जे का पिता है सो मिर्जे को कहता है कि उसका जिहड़ा जो वह ये करन काम कर जा रहा है भाव पराई इसत्री नूं उदालन जा रहा है ये काम चंगा नहीं है ये काम इज्जतदारां दा नहीं है इस तरह उसनूं नहीं करना चाहिए। जेकर वह उसकी गल मान लवेगा भाव अपने पिता की गल मान लवेगा तो वह पीरां दे दरगाह ते जिहड़ा बकरे की बली भी देवेगा। सो इस तरह वह जिहड़ा वंचल है वह मिर्जे नूं रोकण की जिहड़ी नसीहत है वह कर रहा है। उस तो बाद माँ का मिर्जे नूं रोकना माँ जिहड़ी जदों मिर्जे दे बारे पता चलता है कि मिर्जा जिहड़ा पराई स्त्री नूं उदालन दे लई जा रहा है तो माँ उस दीआं मिन्नतां दरले करदी है उसनूं जाण तों रोकदी भी है तो उसनूं कहिंदी है कि जेकर वह जिउंदी रही तो जिहड़ा उसदा जिहड़ा विआह वह आप जिहड़ा मिर्जे दे नाल करा देवेगी। सो इत्थों तक असीं जिहड़ा कल दी क्लास दे विच कीता सी ते इस तों अगे जिहड़ा असीं अज जिहड़ा अज दी क्लास दे विच करांगे। सो अगला जिहड़ा है जी मिर्जे काशक तोरिया साहिबा वध। सो अगला है मिर्जे कासर टोरिया साहिबा वन। सो अगे है जी मिर्जा जिहड़ा है कहिंदे वो अपना जिहड़ा एक कासद है सुनेहा देने वाला साहिबा दे वल भेज दिंदा है। शुरू करते हैं जी कहिंदे ते मिर्जे काशद टोरिया चाबक भला नदान कहिंदे ओ बूहे विच कूकिया जो मंगता करे कलाण उसका नाम मिर्जा जात खरल है वंजल दा सुल्तान साहिबा सुनिया कन्नी अपनी विच कई कुरंग दे जान। सो जिहड़ा एक आसद जिहड़ा मिर्जे ने साहिबा दे वल भेजा है कहिंदे यह बहुत ही जिहड़ा चलाक काशद है जो देखनू तो नदान लगता है पर है बहुत ही ज़्यादा होशियार वह साहिबा दे बूहे दे उत्ते जा के मंगतियां दे वांग कूकदा है कहिंदे ज्यों मंगता करे कान जिस तरह मंगता जिहड़ा मतलब दरवाजे दे उत्ते आ के बोलदा है ते अंगली संगली जिहड़ी साडी है वह दसनी शुरू कर दिंदा है। सो इस तरह जिहड़ा एक कासद ने सुनेहा देण वाला जिहड़ा जिहड़ा कि मिर्जे ने साहिबा दे वल भेजिया है वह इस तरह जा के उन्होंने दरवाजे ते बोलना शुरू कर दिंदा है। वह अपना नाम दसदा है कि वह मिर्जा है ते वह उसकी जिहड़ी जात है वह खरल है वह वंजल दे सुल्तान का पुत्र है। सो यह गल सुनद्या ही जिहड़ा मिर्जे का नाम सुनद्या ही साहिबा दे कन्ना विच जदों ये गल पैंदी है तां कहिंदे उस दे जिहड़े शरीर दे विच जिहड़ी मतलब जान पै जांदी है उस दे मुरदा होए शरीर दे विच जान जिहड़ी पै जांदी है। सो अगे है जी मिर्जा साहिबा उदल तुरे राह विच साहिबा सुपना सुणाउंदी है। मिर्जा साहिबा उदल तुरे की है मिर्जा साहिबा उदल तुरे राह विच साहिबा जी है वो अपना सुपना सुनाउंदी है सुपना सुनाउंदी है। सो ये मेरी साहिबा है और रस्ते विच जिहड़ा मिर्जे नूं अपना सुपना सुना रही है कहिंदे सुत्ती सुपना वाचिया तेनू एक सुनावा गल कल ते नारद दो जने बैठे ब्रूहा मल पईयां शाम कदूलकां मिर्जे कत्ती वेल उनू कपड़े लाने ना मिले कुप्पियां रहियां कुलेल उसने गहने रहे पटारियां झांजर सने हमेल चोरा यारा आशकां एहो लद्दे वेल। सो जड़ी है कहने जिहड़ा साहिबा है साहिबा जड़ी है वह मिर्जे नूं कहती है कि वह उसनूं एक गल दसदी है उसने सुत्ती पई ने एक जिहड़ा सुपना देखा है जिस दे विच उसने देखा है कि हिंदू इतिहास दे नाल संबंधित लड़ाई कराउण वालियां जिहड़ियां शक्तियां हन कल ते नारद
ਕਹਿੰਦੇ ਇਹ ਦੋਨੇ ਹੀ ਸ਼ਕਤੀਆਂ ਉਸਦਾ ਬੂਹਾ ਮਲ ਕੇ ਬੈਠੀਆਂ ਹੋਈਆਂ ਸਨ। ਸੋ ਕਹਿੰਦੇ ਸ਼ਾਮ ਪਈ ਤਾਂ ਜਦੋਂ ਸ਼ਾਮ ਦਾ ਸਮਾਂ ਹੋਇਆ ਤਾਂ ਮਿਰਜ਼ੇ ਨੇ ਕੰਧ ਦੇ ਉੱਤੋਂ ਦੀ ਕਮਰ ਜਿਹੜੀ ਹੈ ਉਹ ਸੁੱਟੀ, ਭਾਵ ਜਿਸ ਨੂੰ ਫੜ ਕੇ ਜਿਹੜੀ ਸਾਹਿਬਾ ਕੰਧ ਟੱਪਦੀ ਹੈ। ਸੋ ਇਹ ਦੇਖ ਕੇ ਸਾਹਿਬਾ ਨੂੰ ਆਪਣੇ ਜਿਹੜੇ ਕੱਪੜੇ ਸਨ ਜੋ ਉਸਨੇ ਪਹਿਲਾਂ ਦੇ ਕੱਪੜੇ ਪਾਏ ਹੋਏ ਸਨ, ਕਹਿੰਦੇ ਉਹਨਾਂ ਨੂੰ ਬਦਲਣ ਦਾ ਵੀ ਸਮਾਂ ਨਹੀਂ ਮਿਲਿਆ ਅਤੇ ਉਸ ਦੇ ਜਿਹੜੀਆਂ ਕਿ ਵਿਆਹ ਦੀ ਤਿਆਰੀ ਦੇ ਸੰਬੰਧੀ ਰੱਖੀਆਂ ਗਈਆਂ ਖੁਸ਼ਬੂਦਾਰ ਤੇਲ ਵਿੱਚ ਤੇਲ ਪਾ ਕੇ ਜਿਹੜੀਆਂ ਗੁੱਪੀਆਂ ਸਨ ਉਹ ਵੀ ਉੱਥੇ ਹੀ ਰਹਿ ਗਈਆਂ ਸਨ। ਉਸ ਦੀਆਂ ਝਾਂਜਰਾਂ, ਹਮੇਲ, ਗਹਿਣਿਆਂ ਦੀਆਂ ਪਟਾਰੀਆਂ ਉਸੇ ਤਰ੍ਹਾਂ ਹੀ ਪਈਆਂ ਰਹਿ ਗਈਆਂ ਸਨ। ਚੋਰ ਯਾਰਾਂ ਅਤੇ ਆਸ਼ਕਾਂ ਨੂੰ ਆਪਣਾ ਕੰਮ ਕਰਨ ਦੇ ਲਈ ਰਾਤ ਦਾ ਸਮਾਂ ਹੀ ਮਿਲਦਾ ਹੈ। ਸੋ ਜਿਹੜੀ ਸਾਹਿਬਾ ਹੈ ਰਾਤ ਨੂੰ ਮਿਰਜ਼ੇ ਦੇ ਨਾਲ ਜਿਹੜੀ ਹੈ ਉਹ ਉੱਧਰ ਜਾਂਦੀ ਹੈ, ਨਿਕਲ ਜਾਂਦੀ ਹੈ। ਸੁਪਨੇ ਵਿੱਚ ਭਰਾ ਜਿਹੜਾ ਸੁਲਤਾਨ ਨੇ ਭੈਣ ਜਿਹੜੀ ਸਾਹਿਬਾ ਸੁਲਤਾਨ ਤੇ ਭੈਣ ਸਾਹਿਬਾ ਸੋ ਕਹਿੰਦੇ ਜਿਹੜਾ ਸੁਪਨੇ ਦੇ ਵਿੱਚ ਜਿਹੜੀ ਸਾਹਿਬਾ ਹੈ ਉਹ ਆਪਣੇ ਭਰਾ ਨੂੰ ਜਿਹੜੀ ਹੈ ਕੀ ਗੱਲ ਕਹਿ ਰਹੀ ਹੈ, ਕਹਿੰਦੀ ਸੁਲਤਾਨ ਬੁਲਾਈ ਸਾਹਿਬਾ ਇਹ ਕੀ ਤੋ ਹੀ ਕਾਰ ਦੱਸ ਜਵਾਨੀ ਆਪਣੀ ਮਰਦ ਨੂੰ ਕੀ ਤੱਕ ਰਾਹ। ਕਹਿੰਦੇ ਸੁਣ ਸੁਲਤਾਨ ਨਾ ਕਾਬਲਾ ਮੈਂ ਮਿਰਜ਼ੇ ਦੀ ਮੰਗ ਤੂੰ ਕੀ ਜਾਣੇ ਜਾਹਿਲਾ ਇਹ ਇਸ਼ਕ ਦੀ ਬੰਗ। ਸੋ ਹਾਫਿਜ਼ ਬਲਖੁਦਾ ਦੱਸਦੇ ਹਨ ਕਿ ਆਪਣੇ ਭਰਾ ਸੁਲਤਾਨ ਨੇ ਸੁਪਨੇ ਦੇ ਵਿੱਚ ਸਾਹਿਬਾ ਨੂੰ ਬੁਲਾ ਕੇ ਕਿਹਾ ਕਿ ਮਿਰਜ਼ੇ ਦੇ ਨਾਲ ਨਿਕਲ ਕੇ ਉੱਧਰ ਕੇ ਉਸਨੇ ਮਾੜਾ ਕੰਮ ਕੀਤਾ ਹੈ, ਉਹ ਮਰਦ ਹੋ ਕੇ ਉਸ ਨਾਲ ਤਕਰਾਰ ਨਹੀਂ ਕਰਨਾ ਚਾਹੁੰਦਾ ਪਰ ਉਹ ਆਪ ਹੀ ਸਾਰੀ ਗੱਲ ਉਸਨੂੰ ਆਪਣੀ ਜ਼ਬਾਨੀ ਦੱਸੇ। ਸਾਹਿਬਾ ਨੇ ਸੁਲਤਾਨ ਨੂੰ ਨਾਕਾਬਲ ਕਹਿੰਦਿਆਂ ਹੋਇਆ ਕਿਹਾ ਕਿ ਉਹ ਮਿਰਜ਼ੇ ਦੀ ਮੰਗ ਹੈ ਪਰ ਇਸ਼ਕ ਦੇ ਪੰਗੇ ਨੂੰ ਉਹ ਨਹੀਂ ਜਾਣ ਸਕਦਾ ਕਿਉਂਕਿ ਉਹ ਮੂਰਖ ਹੈ। ਸੋ ਅੱਗੇ ਹੈ ਜੀ ਰਾਹ ਵਿੱਚ ਚੱਕੀ ਵਾਲਾ ਸੋ ਅਗਲਾ ਹੈ ਜੀ ਰਾਹ ਵਿੱਚ ਚੱਕੀ ਵਾਲਾ। ਇਹਦੇ ਵਿੱਚ ਜਿਹੜਾ ਕਵੀ ਹੈ ਉਸਨੇ ਗੱਲ ਕੀਤੀ ਹੈ ਕਿ ਜਦੋਂ ਸਾਹਿਬਾ ਮਿਰਜ਼ਾ ਅਤੇ ਸਾਹਿਬਾ ਜਿਹੜੇ ਮਤਲਬ ਉੱਥੋਂ ਨਿਕਲ ਕੇ ਤੁਰੇ ਹਨ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਇੱਕ ਚੱਕੀ ਵਾਲਾ ਜਿਹੜਾ ਮਿਲਦਾ ਹੈ ਜਿਸ ਨੂੰ ਸਾਹਿਬਾ ਆਪਣੇ ਕੋਲ ਬੁਲਾ ਲੈਂਦੀ ਹੈ ਪਰ ਮਿਰਜ਼ਾ ਜਿਹੜਾ ਇਸ 'ਤੇ ਗੁੱਸਾ ਵੀ ਕਰਦਾ ਹੈ ਅਤੇ ਉਹ ਵੀ ਚੱਕੀ ਵਾਲਾ ਫਿਰ ਅੱਗੇ ਜਾ ਕੇ ਸਾਹਿਬਾ ਦੇ ਘਰਦਿਆਂ ਨੂੰ ਸਾਰੀ ਗੱਲ ਦੱਸਦਾ ਵੀ ਹੈ। ਸੋ ਕਹਿੰਦੇ ਇਹ ਚੱਕੀ ਵਾਲਾ ਰਾਹ ਵਿੱਚ ਸਾਹਿਬਾ ਨੂੰ ਦੂਰੋਂ ਨਜ਼ਰ ਪਿਆ, ਉਹ ਵੇਖ ਪਸੰਦ ਆਦਮੀ ਨੇੜੇ ਸੱਦ ਲਿਆ, ਸਾਹਿਬਾ ਨੂੰ ਮਿਰਜ਼ੇ ਕਰੇ ਮਲਾਮਤਾਂ ਅਤੇ ਪੀਸੇ ਦੰਦ ਪਿਆ, ਸਾਹਿਬਾ ਇਹ ਡੱਬ ਜਗਾਇਆ ਪਾਹਰੂਆਂ ਆਸ ਚੋਰੇ ਅਕਲ ਗਿਆ। ਕਹਿੰਦੇ ਜਿਉਂ ਨਾ ਹੀ ਤ੍ਰੇਹ ਗਰੀਰ ਨੂੰ ਸੋ ਤਿਉਂ ਸੋਹਣੀਆਂ ਦਾ ਨਾਲ ਪਿਆ, ਇਹ ਕੌਮ ਉਦਾਨੀ ਮਿਹਰਬਾਂ ਜਿਉਂ ਜੰਗਲ ਘਾ ਪਿਆ, ਸਾਹਿਬਾ ਆਖੇ ਰਾਹ ਪਧਾਣੂਆਂ ਵੰਗਿਓ ਮਹਿਨੇ ਵਾਲ ਕਹਿੰਦੇ ਵੰਗਿਓ ਮਹਿਨੇ ਵਾਲ ਅਤੇ ਅਰਜ ਕਰੇ ਸ਼ਮੀਰ ਤੇ ਤੂੰ ਭਾਈ ਪਿੱਛੇ ਵੱਲ ਵੱਖ ਸੰਭਾਲ, ਇਹ ਮੰਝ ਨਾ ਕਾਰਨ ਭੈੜੀਆਂ ਅੱਗੇ ਫੂਫੀ ਹੀਰ ਸਿਆਲ, ਜਿਸ ਦਿਲ ਵਿਦਿੱਤਾ ਹੱਥ ਚਾਕ ਦੇ ਮੈਂ ਆਪਣੇ ਸਾਨੀ ਲੱਦਾ ਭਾਲ, ਅਸੀਂ ਮਿਲੇ ਖਰਲ ਕਦੀਮ ਥੀ ਵੱਡੇ ਸਾਕਾਂ ਨਾਲ, ਅਤੇ ਭਾਈ ਬੁਰਾ ਨਹੀਂ ਕੁਝ ਆਖਣਾ ਜੇ ਬਹੁ ਡੁੱਲੇ ਵਿੱਚ ਥਾਲ। ਸੋ ਜਿਹੜੇ ਇਸਦੇ ਵਿੱਚ ਜਿਹੜੀ ਗੱਲ ਹੈ ਕਹਿੰਦੇ ਸਾਹਿਬਾ ਜਿਹੜੀ ਹੈ ਸਾਹਿਬਾ ਨੂੰ ਰਾਹ ਦੇ ਵਿੱਚ ਦੂਰੋਂ ਇੱਕ ਚੱਕੀ ਵਾਲਾ ਜਿਹੜਾ ਦਿਸ ਪੈਂਦਾ ਹੈ, ਸਾਹਿਬਾ ਉਸਨੂੰ ਆਪਣੀ ਪਸੰਦ ਦਾ ਆਦਮੀ ਸਮਝ ਕੇ ਆਪਣੇ ਕੋਲ ਬੁਲਾ ਲੈਂਦੀ ਹੈ। ਇਹ ਦੇਖ ਕੇ ਮਿਰਜ਼ਾ ਜਿਹੜਾ ਬਹੁਤ ਜ਼ਿਆਦਾ ਗੁੱਸੇ ਹੁੰਦਾ ਹੈ ਕਿ ਜਿਸ ਢੰਗ ਨਾਲ ਸਾਹਿਬ ਅਤੇ ਜਾਂ ਮਤਲਬ ਸਾਹਿਬਾ ਨੂੰ ਜਿਹੜਾ ਬੁਰਾ ਭਲਾ ਕਹਿਣ ਲੱਗ ਜਾਂਦਾ ਹੈ, ਉਸਨੇ ਕਿਹਾ ਹਾ ਉਸਨੇ ਜਿਸ ਢੰਗ ਦੇ ਨਾਲ ਇਸ ਪਹਿਰੇਦਾਰ ਨੂੰ ਜਗਾਇਆ ਹੈ ਉਸਨੂੰ ਵੇਖ ਕੇ ਇਹ ਮਹਿਸੂਸ ਕਰਦਾ ਹੈ ਕਿ ਉਸਦੀ ਅਕਲ ਜਿਹੜੀ ਹੈ ਉਸਨੂੰ ਚੋਰ ਲੈ ਗਏ ਹਨ।
ਉਸ ਜਿਸ ਤਰ੍ਹਾਂ ਕਰੀਰ ਦੇ ਰੁੱਖ ਨੂੰ ਪਾਣੀ ਦੀ ਤ੍ਰੇਹ ਨਹੀਂ ਹੁੰਦੀ, ਸੋ ਇਸੇ ਤਰ੍ਹਾਂ ਹੀ ਸੋਹਣੀਆਂ ਤੀਵੀਆਂ ਨਾਲ ਵਿਆਹ ਦੀ ਇੱਛਾ ਵੀ ਨਹੀਂ ਰੱਖਣੀ ਚਾਹੀਦੀ। ਕਹਿੰਦੇ ਮਿਹਰਬਾਨ ਰੱਬ ਨੇ ਤੀਵੀਆਂ ਨੂੰ ਅਜਿਹੀ ਕੌਮ ਪੈਦਾ ਕੀਤਾ ਹੈ ਕਿ ਇਹ ਬੰਦੇ ਦੇ ਦਿਲ ਉੱਤੇ ਜੰਗਲ ਦੇ ਘਾਹ ਵਾਂਗ ਆਪਣਾ ਜਿਹੜਾ ਗਲਬਾ ਹੈ ਉਹ ਆਪਣਾ ਜਿਹੜਾ ਪ੍ਰਭਾਵ ਹੈ ਪਾ ਲੈਂਦੀਆਂ ਹਨ। ਸਾਹਿਬਾ ਰਾਹ ਦੇ ਜਿਹੜੇ ਪੰਖਾਂ ਨੂੰ ਸਨ ਪੰਛੀ ਸਨ ਉਹਨਾਂ ਨੂੰ ਕਹਿ ਰਹੀ ਸੀ ਕਿ ਉਹ ਮਹਿਲੇ ਵਾਲ ਜਾਣ, ਮਤਲਬ ਸਾਹਿਬਾ ਦੇ ਘਰ ਵੱਲ ਜਾਣ ਅਤੇ ਉਸਦੇ ਭਰਾ ਸਮੀਰ ਨੂੰ ਕਹਿਣ ਕਿ ਉਹ ਆਪ ਹੁਣ ਸਾਰਾ ਕੁਛ ਪਿੱਛੇ ਸੰਭਾਲ ਲਵੇ। ਕਹਿੰਦੇ ਉਸਦੀ ਨਜ਼ਰ ਵਿੱਚ ਜੋ ਭੈੜਾ ਕੰਮ ਉਸ ਤੋਂ ਉਸਨੇ ਕੀਤਾ ਹੈ ਉਹੀ ਕੰਮ ਉਸ ਤੋਂ ਪਹਿਲਾਂ ਉਸ ਦੀ ਭੂਆ ਹੀਰ ਸਿਆਲ ਨੇ ਵੀ ਕੀਤਾ ਸੀ। ਸੋ ਉਸਨੇ ਆਪਣਾ ਦਿਲ ਨੌਕਰ ਨੂੰ ਦਿੱਤਾ ਸੀ ਪਰ ਸਾਹਿਬਾ ਨੇ ਤਾਂ ਬਰਾਬਰ ਦੇ ਲੱਭੇ ਸੱਜਣੇ ਬਰਾਬਰ ਦੇ ਸੱਜਣ ਲੱਭੇ ਹਨ। ਉਸਨੇ ਖਰਲਾ ਨੂੰ ਮੁੱਢ ਤੋਂ ਹੀ ਵੱਡੇ ਸਾਕਾਂ ਦੇ ਬਰਾਬਰ ਮੰਨਿਆ ਹੈ। ਸੋ ਉਸਨੇ ਆਪਣੇ ਭਰਾ ਨੂੰ ਸੁਨੇਹਾ ਭੇਜਿਆ ਕਿ ਉਦੋਂ ਉਸਨੂੰ ਕਿਸੇ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ ਜਦੋਂ ਕੁਝ ਬਾਹਰ ਡੁੱਲਣ ਦੀ ਥਾਂ ਥਾਲੀ ਦੇ ਵਿੱਚ ਹੀ ਡੁੱਲ ਪਿਆ ਹੋਵੇ। ਸੋ ਸਾਹਿਬਾ ਜਿਹੜੀ ਹੈ ਆਪਣਾ ਸੁਨੇਹਾ ਜਿਹੜਾ ਕਿ ਪੰਛੀਆਂ ਦੇ ਹੱਥ ਆਪਣੇ ਭਰਾ ਸਮੀਰ ਨੂੰ ਭੇਜਦੀ ਹੈ। ਸੋ ਅੱਗੇ ਹੈ ਜੀ ਮਿਰਜ਼ੇ ਦਾ ਕਤਲ। ਮਿਰਜ਼ੇ ਦਾ ਕਤਲ, ਸੋ ਕਹਿੰਦੇ ਉੱਥੋਂ ਚੱਕੀ ਵਾਲਾ ਵਗਿਆ ਸਾਗ ਕਲੇਜੇ ਖਾ, ਉਹ ਪਿੱਛੋਂ ਚੱਕੀ ਵਹਿਣਾ ਉਸ ਦਾ ਕਦਮ ਨਾ ਅੱਗੇ ਪਾ, ਅੱਗੋਂ ਧੂੰਆਂ ਉੱਡੀਆਂ ਫੌਜਾਂ ਮਿਲਿਓ ਧਾ, ਤਾਂ ਬਾਹੀਂ ਖਲਾਂ ਪੁਕਾਰਦਾ ਕੁੱਕਿਆ ਵਾਹੋ ਦਾ, ਯਾਰੋ ਇਸ ਛੋਏ ਅੰਦਰ ਦੋ ਜਣੇ ਤੁਸੀਂ ਅੱਖੀ ਵੇਖੋ ਜਾ, ਇੱਕ ਮਿਰਜ਼ਾ ਇੱਕ ਸਾਹਿਬਾ ਜੇ ਕੂੜ ਨਾ ਕਰੇ ਖੁਦਾ। ਕਹਿੰਦੇ ਉਹਨਾਂ ਚੱਕੀ ਵਾਲਾ ਸੱਦ ਕੇ ਅੱਗੇ ਤੱਕ ਲਿਆ, ਜੇ ਮੀਆਂ ਖਰਲ ਸੰਖੇਰੂ ਚੋਟੜਾ ਤੈਨੂੰ ਕਿੱਥੇ ਨਜ਼ਰ ਪਿਆ। ਸੋ ਜਿਹੜਾ ਸਾਹਿਬਾ ਅਤੇ ਮਿਰਜ਼ਾ ਜਿਹੜਾ ਹੈ ਕਹਿੰਦੇ ਸਾਹਿਬਾ ਦੇ ਮਿਰਜ਼ੇ ਨਾਲ ਨਿਕਲ ਜਾਣ ਉਦਲ ਜਾਣ ਤੋਂ ਬਾਰੇ ਜਿਹੜਾ ਸੁਣ ਕੇ ਚੱਕੀ ਵਾਲੇ ਦੇ ਦਿਲ ਨੂੰ ਜਿਹੜਾ ਬਹੁਤ ਵੱਡਾ ਦੁੱਖ ਹੋਇਆ ਅਤੇ ਉਹ ਸਮਾਜਿਕ ਨਿਯਮਾਂ ਦੀ ਉਲੰਘਣਾ ਜਿਹੜੀ ਹੈ ਉਸਨੂੰ ਬਰਦਾਸ਼ਤ ਨਾ ਕਰਦਾ ਹੋਇਆ ਸਾਹਿਬਾ ਦੇ ਪਿੰਡ ਵੱਲ ਨੂੰ ਭੱਜ ਤੁਰਿਆ। ਸੋ ਉਹ ਵਹਿਣ ਪਾਉਂਦਾ ਹੋਇਆ ਜਾ ਰਿਹਾ ਸੀ ਅਤੇ ਉਸ ਵੱਲ ਪਾਸ ਜਿਹੜਾ ਹੈ ਉਸਦੇ ਪਿੰਡ ਵੱਲ ਨੂੰ ਜਾ ਰਿਹਾ ਸੀ, ਪਰ ਅੱਗੇ ਕਦਮ ਜਾ ਕੇ ਅੱਗੇ ਥੋੜ੍ਹਾ ਅੱਗੇ ਜਾ ਕੇ ਉਸਦੇ ਕਦਮ ਰੁਕ ਗਏ ਸਨ। ਉਸਨੂੰ ਅੱਗਿਓਂ ਜਿਹੜਾ ਧੂੜਾਂ ਉੜਦੀਆਂ ਦਿਖਾਈ ਦਿੱਤੀਆਂ ਸਨ। ਉਸਨੇ ਦੇਖਿਆ ਕਿ ਅੱਗੋਂ ਜਿਹੜੀਆਂ ਫੌਜਾਂ ਸਨ ਉਹ ਬੜੀ ਹੀ ਤੇਜ਼ੀ ਨਾਲ ਉੱਧਰ ਨੂੰ ਆ ਰਹੀਆਂ ਸਨ। ਸੋ ਉਹ ਬਾਹਾਂ ਉੱਚੀਆਂ ਮਤਲਬ ਉੱਚੀਆਂ ਉੱਚੀਆਂ ਕਰਕੇ ਖੜ੍ਹਾ ਹੋ ਕੇ ਪੁਕਾਰਦਾ ਹੈ ਅਤੇ ਉੱਚੀ ਉੱਚੀ ਕੂਕਦਾ ਹੈ। ਉਸਨੇ ਕਿਹਾ ਕਿ ਇੱਥੇ ਦੋ ਜਾਣੇ ਦੋ ਪਿਆਰ ਕਰਨ ਵਾਲੇ ਆ ਬੈਠੇ ਹਨ, ਉਹ ਬੇਸ਼ੱਕ ਉਹਨਾਂ ਨੂੰ ਆਪ ਜਾ ਕੇ ਵੇਖ ਲੈਣ, ਜੇ ਰੱਬ ਝੂਠ ਨਾ ਕਹੇ ਤਾਂ ਉਹਨਾਂ ਦੇ ਵਿੱਚੋਂ ਇੱਕ ਮਿਰਜ਼ਾ ਹੈ ਅਤੇ ਇੱਕ ਸਾਹਿਬਾ ਹੈ। ਫੌਜ ਜਿਹੜੀ ਸੀ ਉਸਨੇ ਚੱਕੀ ਵਾਲੇ ਨੂੰ ਅੱਗੇ ਲਾ ਲਿਆ ਅਤੇ ਪੁੱਛਿਆ ਕਿ ਉਸਨੇ ਜਿਹੜਾ ਚੋਰ ਮੌਤ ਪੈਣਾ ਚੋਰ ਜਿਹੜਾ ਖਰਲਾਂ ਦਾ ਮਿਰਜ਼ਾ ਹੈ ਉਸਨੂੰ ਕਿੱਥੇ ਦੇਖਿਆ ਹੈ। ਸੋ ਅੱਗੇ ਕਹਿੰਦੇ ਮਿਰਜ਼ਾ ਤੋਂ ਚੁੱਕ ਗਈਆਂ ਮਸਲਤਾਂ ਜਾਂ ਅੱਗੇ ਧਰ ਲਿਆ, ਧਰਕੇ ਕੀਤਾ ਸੋਟਿਆਂ ਜ਼ਾਲਮ ਕਹਿਰ ਬਲਾ, ਤਾਂ ਪਾਹੀ ਪਾਪਾ ਸ਼ੇਰ ਜਿਉਂ ਗੱਲ ਨਾ ਸੂਝੇ ਕਾ, ਇਸ਼ਕ ਭਲੇਰਾ ਚੋਰ ਦਾ ਪਹਿਲਾਂ ਲਏ ਗਲ ਲਾ, ਵਾਂਗ ਕਸਾਈਆਂ ਦੇ ਬੱਕਰੇ ਲੈਂਦਾ ਖਲ ਲੁਹਾ, ਹਾਫਿਜ਼ ਚੰਨਣ ਚੀਰ ਬੁਖਾਰ ਨੇ ਮਿਰਜ਼ੇ ਟੁੱਕ ਟੁੱਕ ਕੀਤਾ ਚਾਰ। ਸੋ ਕਹਿੰਦੇ ਹਾਫਿਜ਼ ਵਲਖੁਦਾਰ ਕਹਿੰਦੇ ਹਨ ਕਿ ਜਦੋਂ ਸਾਹਿਬਾਂ ਦੇ ਭਰਾਵਾਂ ਨੇ ਦੇ ਨਾਲ ਆਏ ਲੋਕਾਂ ਦੀ ਫੌਜ ਨੇ ਮਿਰਜ਼ੇ ਨੂੰ ਅੱਗੇ ਲਾ ਲਿਆ ਤਾਂ ਉਸ ਨੂੰ ਸਲਾਹ ਮਸ਼ਵਰਾ ਕਰਨ ਦਾ ਸਮਾਂ ਹੀ ਨਾ ਮਿਲਿਆ। ਉਹਨਾਂ ਉਸ ਨੂੰ ਜ਼ਾਲਮਾਂ ਨੇ ਕਹਿਰੇ ਢੰਗ ਨਾਲ ਸੋਟੇ ਦਿਖਾ ਕੇ ਅੱਗੇ ਲਾ ਲਿਆ ਸੀ। ਉਸਦੀ ਹਾਲਤ ਜਾਲ ਦੇ ਵਿੱਚ ਫਸੇ ਸ਼ੇਰ ਵਰਗੀ ਹੋ ਚੁੱਕੀ ਸੀ ਅਤੇ ਕੋਈ ਗੱਲ ਉਸਨੂੰ ਸੁੱਝ ਨਹੀਂ ਰਹੀ ਸੀ। ਅਸਲ ਵਿੱਚ ਕਹਿੰਦੇ ਇਸ਼ਕ ਬੜਾ ਭੈੜਾ ਚੋਰ ਹੈ, ਇਹ ਪਹਿਲਾਂ ਤਾਂ ਆਸ਼ਕ ਨੂੰ ਗੱਲ ਨਾਲ ਲਾ ਲੈਂਦਾ ਹੈ ਅਤੇ ਮਗਰੋਂ ਉਸਨੂੰ ਕਸਾਈ ਦੇ ਬੱਕਰੇ ਵਾਂਗ ਜਿਹੜਾ ਉਸਦੀ ਖਲ ਲੁਹਾ ਦਿੰਦਾ ਹੈ। ਸੋ ਵੈਰੀਆਂ ਦੇ ਗੁੱਸੇ ਨੇ
मिर्चे नूं इस तरह कहिंदे टोटे टोटे जिहड़ा कर दिता जिस तरह चंदन की लकड़ नूं चीरिया गया होवे। सो अगे साहिबा दे मौत विआह का नक्शा नक्शा। सो अगे साहिबा की जिहड़ी मौत है वह हो चुकी है। कहिंदे पर दे निशानी हाफजा साहिबा दा केहा को डिठोई काज उत्थे की कुछ मिलिया जंज नूं मुल कर जेंदा खाज ते सांगी देगा तेगा पक्कियां तीर होए अनाज ते गम अंदरों फिराक त्रै ऊचा अदकर थोम प्याज सहबा नूं पाल गाई पाइयां तेगा दिता दाज। कहिंदे ये परनेवा मौत दा होया शादी वेख निकाह जो चाहे सो करे ओ बेपरवाह खुदा। सो कहिंदे जिहड़ी साहिबा है उसका मौत व्याह किहो जिहा होया सी उत्थे जंज नूं की कुछ मिलिया सी उन्हां दी खिदमत जिहड़ी है वह किस तरह कीती गई सी उत्थे बर्शियां ने चीज़ां नूं अदरक लसन ते प्याज दी थां ते पाया गया सी। सो वह साहिबा नूं उसदे भरावां ने अगे ला लिया सी ते तेगां दा जिहड़ा दाज है वह दिता सी उसका मौत दे नाल रिश्ता करके उस दे नाल विआह कर दिता गया सी। असल दे विच रब नूं जो चंगा लगता है वह ही उस तरह ही करता है वह बड़ा ही बेपरवाह है। सो साहिबा पट पट सुटे मिट्टियां हंजू नीर वहा अते खारियों खंभ न लाहिया तेल फुलेला मल मल कहिंदे नाही चूंडी गुंदियां मांग सदूर भरा सानू रही उम्मीद निकाह दी नौ सौ नूं अंग न ला मोली मेहंदी सिर धरी साड़ी साड़ी सदर न लगी का परमात्म कुमाऊं तर माओ घर जिस अगे दिती सुलगा। सो जिहड़ी मिर्चे दे मरण दे नाल साहिबा दी जो हालत हुंदी है उसका बयान करते हुए कह रहा है कि जिहड़ा मिर्चे दे मरण तो बाद साहिबा अपनियां जिहड़ियां मीडियां सन उन्हां नूं पुट पुट के सुट रही सी ते अखां दे विच्चों अथरू वहा रही सी। उस नूं विआह लई किसी ने अतर फुलेल ला के खारे तो लाहुण दा काम नहीं कीता सी किसी ने मांग दे विच संदूर भर के उस दियां मिट्टियां नहीं गुंदियां सन इस तरह ही कोई भी सदर जिहड़ी है उसकी पूरी नहीं हुई सी उसके घर विच जिहड़ी भी उसकी माँ जां माँ तो इलावा कोई स्त्री सी उसने इस अग नूं होर ज़्यादा सुलगाउण दा काम ही कीता सी। सो अगे कहिंदे साहिबा फिकरे जोड़ फिराग दे विच मिर्जे दा नाम अला कहिंदे वैण करे मेहणियां ओ सांग दुसेले ला मेहणियां सल कलेजा छिल के गल विच पटका पा फाही दित्ती साहिबा नाल बणा दे चा अते कलम वही किस फेरनी जो लिखी आप खुदा अल हमज बजा लियाउंदी मेरी रखनी शर्म अला पर हाफिज शाबाश आखो साहिबा अंग न सुती ला ते आशका सदा हयायती अगी अगली हाफज आप सुना। सो कहिंदे जदों जिहड़ी साहिबा है मिर्चे दे विछोड़े दे दुख दे विच जिहड़ी है वाक जोड़ जोड़ के मेहणियां नूं बद असीसा दे के दो मूहे बरशे जिहड़ी सी उह मार रही सी मेहणियां ने मिर्चे नूं मार के साहिबा दे कलेजे नूं जिहड़ा जख्म ला दिता सी उस दे गल विच पटका पा साहिबा दे गल विच पटका पा के उस नूं वट दे के रुख दे नाल जिहड़ा लटका के फाहा दे दिता गया सी। असल विच साहिबा दी किस्मत विच होणी दी कलम ने रब ने जो आप लिखिया सी उह ही कुछ जिहड़ा उह उस नूं कोई मोड़ नहीं सी सकदा। साहिबा ने रब की जिहड़ी उस्तत कीती ते कहा कि उसकी शर्म हया रखे। कवि साहिबा नूं शाबाश दिंदे हुए कहिंदा है कि जिहड़ी के इश्क ला के सुती नहीं रही सगो उसने इश्क नूं पा लिया सी वह कहिंदा है कि आशकां दी जिंदगी सदा ही बहुत ज़्यादा कठिन हुंदी है उन वह किसी दे मारिया नहीं मरते। सो जिहड़ा इत्थे ही इस चीज़ नाल साडा जिहड़ा किस्सा है वह खत्म हुंदा है।
ਇਹ ਸੀਗਾ ਜੀ ਸਾਡਾ ਅੰਤਿਮ ਕਿੱਸਾ ਹਾਫਿਜ਼ ਵਰਖੁਰਦਾਰ ਜੀ ਦਾ ਲਿਖਿਆ ਹੋਇਆ ਮਿਰਜ਼ਾ ਸਾਹਿਬਾ। ਸੋ ਅੱਜ ਜਿਹੜਾ ਸਾਡਾ ਕਿੱਸਾ ਇਹ ਵੀ ਇੱਥੇ ਸਮਾਪਤ ਹੁੰਦਾ ਹੈ। ਸੋ ਇਸ ਦੇ ਸਮਾਪਤ ਹੋਣ ਦੇ ਨਾਲ ਹੁਣ ਤੁਹਾਡੀ ਡਿਊਟੀ ਇੱਕ ਹੀ ਬਣ ਜਾਂਦੀ ਹੈ ਕਿ ਤੁਸੀਂ ਇਸ ਕਿੱਸੇ ਦਾ ਸਾਰ ਕੇਂਦਰੀ ਭਾਵ ਆਪਣੀਆਂ ਕਾਪੀਆਂ ਦੇ ਵਿੱਚ ਨੋਟ ਜ਼ਰੂਰ ਕਰਕੇ ਰੱਖਿਓ। ਸੋ ਅੱਜ ਜਿਹੜੀ ਸਾਡੀ ਸ਼ਬਦ ਸਵੇਰਾ ਬੁੱਕ ਸੀ ਉਹ ਵੀ ਇੱਥੇ ਹੀ ਸਮਾਪਤ ਹੁੰਦੀ ਹੈ। ਸੋ ਕੱਲ੍ਹ ਅਸੀਂ ਜਿਹੜੀ ਸਾਡੀ ਅਗਲੀ ਜਿਹੜੀ ਬੁੱਕ ਹੈ ਉਹ ਜਿਹੜੀ ਆਪਣੀ ਇਸ ਕਲਾਸ ਦੇ ਵਿੱਚ ਕਰਨੀ ਸ਼ੁਰੂ ਕਰਾਂਗੇ। ਸੋ ਅੱਜ ਦੀ ਕਲਾਸ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਧੰਨਵਾਦ ਜੀ।